ਸਵਾਗਤ ਕੀਤਾ ਜਾਂਦਾ ਜੀ ਤੁਹਾਡੇ ਆਪਣੇ ਚੈਨਲ ਹਾਈਫਾਈ ਐਗਜ਼ਾਮ ਸਟੱਡੀ ਦੇ ਵਿੱਚ ਮੈਂ ਹਾਂ ਅੰਦਰ ਅੱਜ ਦੀ ਆਪਣੀ ਵੀਡੀਓ ਹੈ ਜੀ ਭਾਰਤ ਦੇ ਵਿੱਚ ਯੂਰੋਪੀਅਨ ਕੰਪਨੀਆਂ ਦਾ ਆਗਮਨ ਇਹ ਜਿਹੜੀ ਵੀਡੀਓ ਤੁਹਾਡੇ ਪੇਪਰ ਦੇ ਪਾਰਟ 1 ਬੀ ਤੋਂ ਕਾਫੀ ਮਹੱਤਵਪੂਰਨ ਹੈ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਪ੍ਰਸ਼ਨ ਨੰਬਰ 1 ਆ ਜਾਂਦਾ ਜੀ ਆਪਣੇ ਨਵੇਂ ਇੰਟਰਪੋਲਰ ਕੌਣ ਸਨ ਤਾਂ ਕੌਣ ਸਨ ਜੀ ਇੰਟਰਪੋਲਰ ਈਸਟ ਇੰਡੀਆ ਕੰਪਨੀ ਦੇ ਅਸੰਤੁਸ਼ਟ ਕਰਮਚਾਰੀ ਚੀਨ ਨਾਲ ਵਪਾਰ ਕਰਨ ਵਾਲੇ ਲੋਕ ਏਸ਼ੀਆ ਵਿੱਚ ਮੁਫਤ ਵਪਾਰ ਕਰਨ ਵਾਲੇ ਅੰਗਰੇਜ਼ ਵਪਾਰੀ ਜਾਂ ਉਪਰੋਕਤ ਕੋਈ ਨਹੀਂ ਤਾਂ ਇਸ ਪ੍ਰਸ਼ਨ ਦਾ ਜਵਾਬ ਕੀ ਹੋਵੇਗਾ ਜੀ ਤਾਂ ਉਹ ਹੋਵੇਗਾ অপਸ਼ਨ ਨੰਬਰ 3 ਏਸ਼ੀਆ ਵਿੱਚ ਮੁਫਤ ਵਪਾਰ ਕਰਨ ਵਾਲੇ ਅੰਗਰੇਜ਼ ਵਪਾਰੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਜੀ ਇੰਟਰਪੋਲਰ ਪ੍ਰਸ਼ਨ ਨੰਬਰ 2 ਆ ਜਾਂਦਾ ਜੀ ਆਪਣੇ ਲਵੇ ਕਿਹੜੀਆਂ ਚੀਜ਼ਾਂ ਦਾ ਨਰਜਾਤ ਈਸਟ ਇੰਡੀਆ ਕੰਪਨੀ ਭਾਰਤ ਤੋਂ ਕਰਦੀ ਸੀ ਸੂਤੀ ਕੱਪੜੇ ਦਾ ਨੀਲ ਦਾ ਰੇਸ਼ਮ ਦਾ ਜਾਂ ਉਪਰੋਕਤ ਸਾਰੇ ਤਾਂ ਇਸ ਪ੍ਰਸ਼ਨ ਦਾ ਕੀ ਜਵਾਬ ਆਵੇਗਾ ਜੀ ਤਾਂ ਉਹ ਆਵੇਗਾ ਜੀ ਆਪਸ਼ਨ ਨੰਬਰ 4 ਉਪਰੋਕਤ ਸਾਰੇ ਸੂਤੀ ਕੱਪੜਾ ਨੀਲ ਅਤੇ ਕੱਚੀ ਰੇਸ਼ਮ ਦਾ ਜਿਹੜਾ ਵਪਾਰ ਹੈਗਾ ਉਹ ਈਸਟ ਇੰਡੀਆ ਕੰਪਨੀ ਭਾਰਤ ਤੋਂ ਕਰਦੀ ਸੀ ਪ੍ਰਸ਼ਨ ਨੰਬਰ 3 ਆ ਜਾਂਦਾ ਜੀ ਆਪਣੇ ਲਵੇ ਭਾਰਤ ਵਿੱਚ ਡੱਚਾਂ ਦੀ ਵਸਤੀ ਕਿਹੜੀ ਸੀ ਤਾਂ ਭਾਰਤ ਦੇ ਵਿੱਚ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਰਾਈਟ ਆਨਸਰ ਦੱਸਣਾ ਵੀ ਡੱਚਾਂ ਦੀ ਵਸਤੀ ਕਿਹੜੀ ਸੀਗੀ ਤਾਂ ਇਸ ਪ੍ਰਸ਼ਨ ਦਾ ਜਵਾਬ ਆਊਗਾ ਜੀ ਉਹ ਆਊਗਾ ਆਪਸ਼ਨ ਨੰਬਰ 4 ਚਿੰਸੂਰਾ ਡੱਚਾਂ ਦੀ ਵਸਤੀ ਚਿੰਸੂਰਾ ਸੀ ਪ੍ਰਸ਼ਨ ਨੰਬਰ 4 ਆ ਜਾਂਦਾ ਜੀ ਆਪਣੇ ਲਵੇ ਭਾਰਤ ਵਿੱਚ ਅੰਗਰੇਜ਼ਾਂ ਦੀ ਵਸਤੀ ਕਿਹੜੀ ਸੀ ਚੇਨ ਸੌਰਾਤਾ ਸੀਗੀ ਜੀ ਡਚਾਂ ਦੀ ਵਸਤੀ ਤੇ ਅੰਗਰੇਜ਼ਾਂ ਦੀ ਵਸਤੀ ਕਿਹੜੀ ਸੀਗੀ ਤਾਂ ਅੰਗਰੇਜ਼ਾਂ ਦੀ ਵਸਤੀ ਸੀਗੀ ਹੁਗਲੀ ਜੀ ਆਪਸ਼ਨ ਨੰਬਰ 3 ਪ੍ਰਸ਼ਨ ਨੰਬਰ 5 ਆ ਜਾਂਦਾ ਜੀ ਆਪਣੇ ਲੋਬੇ ਭਾਰਤ ਦੇ ਵਿੱਚ ਪੁਰਤਗਾਲੀਆਂ ਦੀ ਵਸਤੀ ਕਿਹੜੀ ਸੀ ਇਹ ਹੋਗੀ ਅੰਗਰੇਜ਼ਾਂ ਦੀ ਇਹ ਹੋਗੀ ਡਚਾਂ ਦੀ ਤਾਂ ਪੁਰਤਗਾਲੀਆਂ ਦੀ ਵਸਤੀ ਕਿਹੜੀ ਸੀਗੀ ਤਾਂ ਉਹ ਸੀਗੀ ਆਪਸ਼ਨ ਨੰਬਰ 1 ਗੋਆ ਗੋਆ ਸੀਗੀ ਜੀ ਪੁਰਤਗਾਲੀਆਂ ਦੀ ਵਸਤੀ ਪ੍ਰਸ਼ਨ ਨੰਬਰ 6 ਆ ਜਾਂਦਾ ਜੀ ਆਪਣੇ ਲੋਏ ਫ੍ਰਾਂਸੀਸੀਆਂ ਦੀ ਵਸਤੀ ਕਿਹੜੀ ਸੀ ਤਾਂ ਫ੍ਰਾਂਸੀਸੀਆਂ ਦੀ ਵਸਤੀ ਸੀਗੀ ਜੀ ਪੁੰਡੂਚੇਰੀ অপਸ਼ਨ ਨੰਬਰ 2 ਪ੍ਰਸ਼ਨ ਨੰਬਰ 7 ਆ ਜਾਂਦਾ ਜੀ ਆਪਣੇ ਲੋਏ ਬੀਜਾਪੁਰ ਦੇ ਸ਼ਾਸਕ ਤੋਂ ਗੋਆ ਖੋਣ ਵਾਲਾ ਪਹਿਲਾ ਯੂਰੋਪੀਅਨ ਕੌਣ ਸੀ ਤਾਂ ਕੌਣ ਸੀਗਾ ਜੀ ਪਹਿਲਾ ਯੂਰੋਪੀਅਨ ਜਿਸ ਨੇ ਬੀਜਾਪੁਰ ਦੇ ਸ਼ਾਸਕ ਤੋਂ ਗੋਆ ਖੋਲਿਆ ਸੀ ਤਾਂ ਉਹ ਹੈਗਾ ਜੀ অপਸ਼ਨ ਨੰਬਰ 1 ਅਲਬੁਕਰਕ ਅਲਬੁਕਰਕ ਸੀਗਾ ਜੀ ਇਹ ਪੁਰਤਗਾਲੀ ਗਵਰਨਰ ਸੀਗਾ ਜਿਸ ਨੇ ਬੀਜਾਪੁਰ ਦੇ ਸ਼ਾਸਕ ਤੋਂ ਗੋਆ ਨੂੰ ਖੋਲਿਆ ਸੀ ਪ੍ਰਸ਼ਨ ਨੰਬਰ 8 ਆ ਜਾਂਦਾ ਜੀ ਆਪਣੇ ਲਵੇ 17ਵੀਂ ਸਦੀ ਦੇ ਅੰਤ ਅਤੇ 18ਵੀਂ ਸਦੀ ਦੇ ਸ਼ੁਰੂ ਦੇ ਵਿੱਚ ਇੰਡੋਨੇਸ਼ੀਆ ਦੇ ਦੀਪ ਸਮੂਹ ਵਿੱਚ ਭਾਰਤੀ ਅਫੀਮ ਦਾ ਨਿਰਜਾਤ ਦਾ ਪ੍ਰਬੰਧ ਕਿਸ ਦੇ ਕੋਲ ਸੀਗਾ ਇਹਨਾਂ ਚਾਰ ਆਪਸ਼ਨਾਂ ਦੇ ਵਿੱਚ ਆਪਣੇ ਰਾਈਟ ਆਨਸਰ ਦੱਸਣਾ ਜੀ ਤਾਂ ਇਹ ਪ੍ਰਬੰਧ ਸੀਗਾ ਜੀ ਡੱਚ ਈਸਟ ਇੰਡੀਆ ਕੰਪਨੀ ਦਾ ਆਪਸ਼ਨ ਨੰਬਰ 3 ਪ੍ਰਸ਼ਨ ਨੰਬਰ 9 ਆ ਜਾਂਦਾ ਜੀ ਆਪਣੇ ਲਵੇ ਕਿਹੜੀ ਬੰਦਰਗਾਹ ਕਾਲੀ ਮਿਰਚ ਨਿਰਜਾਤ ਲਈ ਪ੍ਰਸਿੱਧ ਸੀ ਤਾਂ ਕਿਹੜੀ ਬੰਦਰਗਾਹ ਸੀਗੀ ਜੀ ਜੋ ਕਿ ਕਾਲੀ ਮਿਰਚ ਦੇ ਨਿਰਜਾਤ ਲਈ ਪ੍ਰਸਿੱਧ ਸੀ ਤਾਂ ਉਹ ਸੀ ਜੀ অপਸ਼ਨ ਨੰਬਰ 2 ਕਾਲੀਕਟ ਕਾਲੀਕਟ ਬੰਦਰਗਾਹ ਕਾਲੀ ਮਿਰਚ ਦੇ ਨਿਰਜਾਤ ਲਈ ਪ੍ਰਸਿੱਧ ਸੀ ਪ੍ਰਸ਼ਨ ਨੰਬਰ 10 ਆ ਜਾਂਦਾ ਜੀ ਭਾਰਤ ਦੇ ਪੱਛਮੀ ਤੱਟ ਤੇ ਅੰਗਰੇਜ਼ੀ ਫੈਕਟਰੀ ਕਿੱਥੇ ਸੀ ਭਾਰਤ ਦੇ ਪੱਛਮੀ ਤੱਟ ਤੇ ਅੰਗਰੇਜ਼ੀ ਫੈਕਟਰੀ ਕਿੱਥੇ ਸੀਗੀ ਤੇ ਇਸ ਪ੍ਰਸ਼ਨ ਦਾ ਜਵਾਬ ਆਊਗਾ ਜੀ অপਸ਼ਨ ਨੰਬਰ 2 ਤੇਲੀ 체ਰੀ ਤੇਲੀ 체ਰੀ ਦੇ ਵਿੱਚ ਸੀਗੀ ਜੀ ਅੰਗਰੇਜ਼ੀ ਫੈਕਟਰੀ ਪ੍ਰਸ਼ਨ ਨੰਬਰ 11 ਆ ਜਾਂਦਾ ਜੀ ਆਪਣੇ ਲਵੇ 17ਵੀਂ ਸਦੀ ਦੇ ਵਿੱਚ ਕਾਸੀਮ ਬਾਜ਼ਾਰ ਨਗਰ ਵਿੱਚ ਸਭ ਤੋਂ ਵੱਧ ਰਿਸਵੀ ਧਾਗਾ ਕਿੰਨਾ ਨੇ ਬਣਾਇਆ ਸੀ ਬੱਚਾ ਨੇ ਅੰਗਰੇਜ਼ਾਂ ਨੇ ਫ੍ਰਾਂਸੀਸੀਆਂ ਨੇ ਜਾਂ ਪੁਰਤਗਾਲੀਆਂ ਨੇ ਤਾਂ ਇਸ ਪ੍ਰਸ਼ਨ ਦਾ ਜਵਾਬ ਕੀ ਹੋਵੇਗਾ ਜੀ ਤਾਂ ਉਹ ਹੋਵੇਗਾ অপਸ਼ਨ ਨੰਬਰ 1 ਦੱচ্চਾ ਨੇ ਕਾਸਮ ਨਗਰ ਬਾਜ਼ਾਰ ਦੇ ਵਿੱਚ ਸਭ ਤੋਂ ਵੱਧ ਰਿਸਮੀ ਧਾਗਾ ਦੱচ্চਾ ਨੇ ਬਣਾਇਆ ਸੀਗਾ ਜੀ ਪ੍ਰਸ਼ਨ ਨੰਬਰ 12 ਆ ਜਾਂਦਾ ਜੀ ਆਪਣੇ ਲੋਏ ਭਾਰਤ ਵਿੱਚ ਆਉਣ ਵਾਲੇ ਪਹਿਲੇ ਅੰਗਰੇਜ਼ੀ ਜਹਾਜ਼ ਦਾ ਨਾਮ ਕੀ ਸੀ ਤਾਂ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚ ਆਪਣਾ ਰਾਈਟ ਆਨਸਰ ਦੱਸਣਾ ਜੀ ਵੀ ਭਾਰਤ ਵਿੱਚ ਆਉਣ ਵਾਲੇ ਪਹਿਲੇ ਅੰਗਰੇਜ਼ੀ ਜਹਾਜ਼ ਦਾ ਨਾਮ ਕੀ ਸੀ ਤਾਂ ਇਹ ਸਵਾਲ ਦਾ ਜਵਾਬ ਆਊਗਾ ਜੀ অপਸ਼ਨ ਨੰਬਰ 2 ਰੈਡ ਡ੍ਰੈਗਨ ਇਸ ਨੂੰ ਹੈਕਟਰ ਜਹਾਜ਼ ਵੀ ਕਿਹਾ ਜਾਂਦਾ ਸੀ ਪ੍ਰਸ਼ਨ ਨੰਬਰ 13 ਆ ਜਾਂਦਾ ਜੀ ਆਪਣੇ ਲਵੇ ਉਹ ਅੰਗਰੇਜ਼ ਯਾਤਰੀ ਜੋ ਤੁਰਕੀ ਅਤੇ ਫਾਰਸੀ ਭਾਸ਼ਾ ਦਾ ਵਿਦਵਾਨ ਸੀ ਤਾਂ ਕਿਹੜਾ ਵਿਦਵਾਨ ਸੀਗਾ ਜੀ ਤੁਰਕੀ ਅਤੇ ਫਾਰਸੀ ਭਾਸ਼ਾ ਦਾ ਵਿਦਵਾਨ ਤਾਂ ਉਹ ਸੀਗਾ ਜੀ অপਸ਼ਨ ਨੰਬਰ 1 ਕੈਪਟਨ ਆਕੈਂਸ ਇਸ ਨੂੰ ਤੁਰਕੀ ਤੇ ਫਾਰਸੀ ਭਾਸ਼ਾ ਬਹੁਤ ਵਧੀਆ ਆਉਂਦੀ ਸੀਗੀ ਪ੍ਰਸ਼ਨ ਨੰਬਰ 14 ਆ ਜਾਂਦਾ ਜੀ ਆਪਣੇ ਅੰਦਰ ਵੀ ਰਜੂਵ ਇੱਕ ਸੰਧੀ ਤੋਂ ਬਾਅਦ ਪੁੰਡੂਚੇਰੀ ਕਿਹਨਾਂ ਨੂੰ ਵਾਪਸ ਮਿਲੀ ਇਹ ਜਿਹੜੀ ਸੰਧੀ ਸੀਗੀ 1697 ਦੇ ਵਿੱਚ ਹੁੰਦੀ ਹੈ ਇਸ ਤੋਂ ਬਾਅਦ ਜਿਹੜੀ ਪੁੰਡੂਚੇਰੀ ਆਉਗੀ ਉਹ ਕਿਹਨਾਂ ਨੂੰ ਮਿਲ ਜਾਂਦੀ ਹੈ ਜੀ ਤਾਂ ਉਹ ਮਿਲ ਜਾਂਦੀ ਹੈ অপਸ਼ਨ ਨੰਬਰ ਇੱਕ ਫ੍ਰਾਂਸੀਸੀਆ ਨੂੰ ਕਿਉਂਕਿ ਪੁਰਤਗਾਲੀਆ ਨੇ ਇਸ ਤੇ ਕਬਜ਼ਾ ਕਰ ਲਿਆ ਸੀਗਾ ਬਾਅਦ ਵਿੱਚ ਰਿਜਵ ਕਸੰਧੀ ਤੋਂ ਬਾਅਦ ਫ੍ਰਾਂਸੀਸੀਆ ਨੂੰ ਇਹ ਵਾਪਸ ਮਿਲ ਗਈ ਸੀ ਪ੍ਰਸ਼ਨ ਨੰਬਰ 15 ਆ ਜਾਂਦਾ ਜੀ ਆਪਣੇ ਲਵੇ ਕਿ ਸੰਧੀ ਦੁਆਰਾ ਫ੍ਰਾਂਸੀਸੀਆ ਨੇ ਮਦਰਾਸ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਸੀ ਕਿਹੜੀ ਸੰਧੀ ਹੋਈ ਸੀ ਜਿਸ ਸੰਧੀ ਦੇ ਨਾਲ ਫ੍ਰਾਂਸੀਸੀਆਂ ਨੇ ਮਦਰਾਸ ਨੂੰ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਸੀਗਾ ਜੀ ਤਾਂ ਇਹ ਸੰਧੀ ਹੋਈ ਸੀਗੀ ਜੀ অপਸ਼ਨ ਨੰਬਰ 1 ਏ ਲਾ ਸਾਪਲ ਦੀ ਸੰਧੀ ਜੋ ਕਿ 1748 ਦੇ ਵਿੱਚ ਹੁੰਦੀ ਹੈ ਪ੍ਰਸ਼ਨ ਨੰਬਰ 16 ਜਾਂਦਾ ਜੀ ਆਪਣੇ ਰਵੇ ਨਿਸ਼ਾਨ ਕਿਸ ਨੂੰ ਕਿਹਾ ਜਾਂਦਾ ਸੀ ਅੰਗਰੇਜ਼ਾਂ ਦੇ ਝੰਡੇ ਨੂੰ ਅੰਗਰੇਜ਼ੀ ਜਹਾਜ਼ ਤੇ ਲੱਗੇ ਚਿੰਨ੍ਹ ਨੂੰ ਪੁਰਤਗਾਲੀਆਂ ਨੂੰ ਮਿਲਿਆ ਫਰਮਾਨ ਜਾਂ ਅੰਗਰੇਜ਼ਾਂ ਨੂੰ ਬੰਗਾਲ ਬਿਹਾਰ ਅਤੇ ਉੜੀਸਾ ਨਾਲ ਮੁਫਤ ਵਪਾਰ ਕਰਨ ਦਾ ਆਗਿਆ ਪੱਤਰ ਤਾਂ ਕਿਸ ਨੂੰ ਕਿਹਾ ਜਾਂਦਾ ਸੀਗਾ ਜੀ ਨਿਸਾਨ ਤਾਂ ਇਹ ਕਿਹਾ ਜਾਂਦਾ ਸੀਗਾ ਜੀ অপਸ਼ਨ ਨੰਬਰ 4 ਅੰਗਰੇਜ਼ਾਂ ਨੂੰ ਬੰਗਾਲ ਬਿਹਾਰ ਅਤੇ ਉੜੀਸਾ ਨਾਲ ਮੁਫਤ ਵਪਾਰ ਕਰਨ ਦੇ ਆਗਿਆ ਪੱਤਰ ਨੂੰ ਪ੍ਰਸ਼ਨ ਨੰਬਰ 17 ਆ ਜਾਂਦਾ ਜੀ ਆਪਣੇ ਲਾਵੇ ਕਿਸ ਪੁਰਤਗਾਲੀ ਗਵਰਨਰ ਨੇ ਆਪਣੇ ਅਧੀਨ ਖੇਤਰ ਵਿੱਚ ਸਤੀ ਪ੍ਰਥਾ ਤੇ ਰੋਕ ਲਗਾ ਦਿੱਤੀ ਸੀ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਪੁਰਤਗਾਲੀ ਗਵਰਨਰ ਸੀ ਜਿਸ ਨੇ ਆਪਣੇ ਖੇਤਰ ਦੇ ਅਧੀਨ ਸਤੀ ਪ੍ਰਥਾ ਤੇ ਉੱਤੇ ਰੋਕ ਲਗਾ ਦਿੱਤੀ ਸੀ ਤਾਂ ਉਹ ਸੀਗਾ ਜੀ অপਸ਼ਨ ਨੰਬਰ 3 ਫ੍ਰਾਂਸਿਸਕੋ ਡੀ ਅਲਬੁਕਰਕ ਐਸ ਨੇ ਆਪਣੇ ਖੇਤਰ ਦੇ ਵਿੱਚ ਸਤੀ ਪ੍ਰਥਾ ਦੇ ਉੱਤੇ ਰੋਕ ਲਗਾ ਦਿੱਤੀ ਸੀਗੀ ਪ੍ਰਸ਼ਨ ਨੰਬਰ 18 ਆ ਜਾਂਦਾ ਜੀ ਆਪਣੇ ਲਵੇ ਭਾਰਤ ਵਿੱਚ ਸਹਾਇਕ ਸੰਧੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਭਾਰਤ ਦੇ ਵਿੱਚ ਸਹਾਇਕ ਸੰਧੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਤਾਂ ਇਹ ਕੀਤੀ ਸੀਗੀ ਜੀ ਡੂਪਲੇ ਨੇ অপਸ਼ਨ ਨੰਬਰ 4 ਪ੍ਰਸ਼ਨ ਨੰਬਰ 19 ਆ ਜਾਂਦਾ ਜੀ ਆਪਣੇ ਲਵੇ ਜਹਾਗੀਰ ਨੇ ਅੰਗਰੇਜ਼ਾਂ ਨੂੰ ਸੂਰਤ ਦੇ ਵਿੱਚ ਕਾਰਖਾਨਾ ਲਗਾਉਣ ਦਾ ਫਰਮਾਨ ਕਦੋਂ ਦਿੱਤਾ ਸੀ ਤਾਂ ਜਹਾਂਗੀਰ ਨੇ ਸੂਰਤ ਦੇ ਵਿੱਚ ਕਾਰਖਾਨਾ ਲਗਾਉਣ ਦਾ ਫਰਮਾਨ ਅੰਗਰੇਜ਼ਾਂ ਨੂੰ ਕਦੋਂ ਦਿੱਤਾ ਸੀ ਤਾਂ ਇਸ ਪ੍ਰਸ਼ਨ ਦਾ ਜਵਾਬ ਆਊਗਾ ਜੀ অপਸ਼ਨ ਨੰਬਰ 4 1613 ਦੇ ਵਿੱਚ ਸਭ ਤੋਂ ਪਹਿਲਾਂ ਮਨਜ਼ੂਰੀ ਦਿੱਤੀ ਸੀਗੀ 1608 ਦੇ ਵਿੱਚ ਪਰ ਕਿਸੇ ਕਾਰਨ ਪ੍ਰਤੀਬੰਧ ਲੱਗ ਗਿਆ ਸੀਗਾ ਜਿਸ ਕਾਰਨ ਇਹ ਜਿਹੜਾ ਫਰਮਾਨ ਹੈਗਾ ਪੂਰਾ 1613 ਦੇ ਵਿੱਚ ਹੁੰਦਾ ਹੈ ਪ੍ਰਸ਼ਨ ਨੰਬਰ 20 ਆ ਜਾਂਦਾ ਜੀ ਆਪਣੇ ਲਵੇ ਮਸੂਲੀ ਪਟਨਮ ਵਿੱਚ ਅੰਗਰੇਜ਼ਾਂ ਨੇ ਤਾਰਖਾਨਾ ਕਦੋਂ ਸਥਾਪਿਤ ਕੀਤਾ ਸੀ ਮਸੂਲੀ ਪਟਨਮ ਥਾਂ ਆ ਜੀ ਜਿੱਥੇ ਅੰਗਰੇਜ਼ਾਂ ਨੇ ਕਾਰਖਾਨਾ ਸਥਾਪਿਤ ਕੀਤਾ ਸੀ ਇਹ ਕਾਰਖਾਨਾ ਕਦੋਂ ਸਥਾਪਿਤ ਕੀਤਾ ਸੀ ਅੰਗਰੇਜ਼ਾਂ ਨੇ ਤਾਂ ਇਸ ਪ੍ਰਸ਼ਨ ਦਾ ਜਵਾਬ ਹੋਊਗਾ ਜੀ অপਸ਼ਨ ਨੰਬਰ 2 1611 ਦੇ ਵਿੱਚ ਅੰਗਰੇਜ਼ਾਂ ਨੇ ਮਸੂਲੀ ਪਟਨਮ ਵਿੱਚ ਆਪਣਾ ਕਾਰਖਾਨਾ ਸਥਾਪਿਤ ਕੀਤਾ ਸੀ ਜੀ ਪ੍ਰਸ਼ਨ ਨੰਬਰ 1 ਕੀ ਆ ਜਾਂਦਾ ਜੀ ਆਪਣੇ ਦਵੇ ਪੁਲੀਕਟ ਦੇ ਆਰਮਾ ਪਿੰਡ ਵਿੱਚ ਅੰਗਰੇਜ਼ਾਂ ਨੇ ਕਾਰਖਾਨਾ ਕਦੋਂ ਸਥਾਪਿਤ ਕੀਤਾ ਸੀਗਾ ਪੁਲੀਕਟ ਦੇ ਆਰਮਾ ਪਿੰਡ ਦੇ ਵਿੱਚ ਅੰਗਰੇਜ਼ਾਂ ਨੇ ਆਪਣਾ ਕਾਰਖਾਨਾ ਕਦੋਂ ਸਥਾਪਿਤ ਕੀਤਾ ਸੀਗਾ ਜੀ ਤਾਂ ਇਹਨਾਂ ਨੇ ਪੁਲੀਕਟ ਦੇ ਵਿੱਚ ਸਥਾਪਿਤ ਕੀਤਾ ਸੀਗਾ ਜੀ ਕਾਰਖਾਨਾ 1626 ਦੇ ਵਿੱਚ অপਸ਼ਨ ਨੰਬਰ 4 ਅਗਲਾ ਪ੍ਰਸ਼ਨ ਆ ਜਾਂਦਾ ਜੀ ਆਪਣੇ ਲੈ ਬੇ ਸਰਟ ਆਮਸ ਰੋ ਦੀ ਇੰਗਲੈਂਡ ਵਾਪਸੀ ਕਦੋਂ ਹੋਈ ਸੀ ਕਦੋਂ ਵਾਪਸੀ ਹੋਈ ਸੀ ਕਿ ਜੀ ਸਰਟ ਆਮਸ ਰੋ ਦੀ ਇੰਗਲੈਂਡ ਤਾਇ ਹੋਈ ਸੀ ਕਿ ਜੀ 1619 ਦੇ ਵਿੱਚ ਆਪਸ਼ਨ ਨੰਬਰ 4 ਅਗਲਾ ਪ੍ਰਸ਼ਨ ਆ ਜਾਂਦਾ ਜੀ ਪ੍ਰਸ਼ਨ ਨੰਬਰ 23 ਅੰਗਰੇਜ਼ਾਂ ਦਾ ਫੋਰਟ ਵਿਲੀਅਮ ਕਿੱਥੇ ਸਥਿਤ ਹੈ ਤੇ ਸੋਖਾ ਪ੍ਰਸ਼ਨ ਆ ਜੀ ਕਿੱਥੇ ਸਥਿਤ ਹੈ ਤਾ ਇਹ ਹੈ ਜੀ ਕੋਲਕੱਤਾ ਦੇ ਵਿੱਚ অপਸ਼ਨ ਨੰਬਰ 2 ਪ੍ਰਸ਼ਨ ਨੰਬਰ 24 ਆ ਜਾਂਦਾ ਜੀ ਆਪਣੇ ਦਾਵੇ ਅਲਫਾਂਸੋ ਡੀ ਅਲਬੁਕਰਕ ਦੀ ਖਬਰ ਕਿੱਥੇ ਹੈ ਅਲਫਾਂਸੋ ਡੀ ਅਲਬੁਕਰਕ ਦੀ ਖਬਰ ਕਿੱਥੇ ਹੈ ਜੀ ਤਾਂ ਇਹ ਹੈ ਜੀ অপਸ਼ਨ ਨੰਬਰ 1 ਗੋਆ ਦੇ ਵਿੱਚ ਅਲਬੁਕਰਕ ਦੀ ਕਬਰ ਗੋਆ ਵਿੱਚ ਹੈ ਪ੍ਰਸ਼ਨ ਨੰਬਰ 25 ਆ ਜਾਂਦਾ ਜੀ ਆਪਣੇ ਲਾਵੇ ਦੱਖਣੀ ਪੂਰਬੀ ਤੱਟ ਤੇ ਪੁਰਤਗਾਲੀਆਂ ਦੀ ਇੱਕ ਮਾਤਰ ਵਸਤੀ ਕਿਹੜੀ ਸੀ ਦੱਖਣੀ ਪੂਰਬੀ ਤੱਟ ਤੇ ਪੁਰਤਗਾਲੀਆਂ ਦੀ ਇੱਕ ਮਾਤਰ ਵਸਤੀ ਕਿਹੜੀ ਸੀ ਤਾ ਕਿਹੜੀ ਸੀਗੀ ਤਾ ਉਹ ਸੀਗੀ ਜੀ ਸੈਂਟ ਟੋਮੀ অপਸ਼ਨ ਨੰਬਰ 1 ਇਹ ਹੁੰਦਾ ਜੀ ਭਾਰਤ ਦਾ ਦੱਖਣੀ ਤੱਟ ਦੱਖਣ ਦੇ ਵਿੱਚ ਪੂਰਬੀ ਤੱਟ ਇੱਥੇ ਆ ਜਾਂਦਾ ਜੀ ਦੱਖਣ ਪੂਰਬ ਅਗਲਾ ਪ੍ਰਸ਼ਨ ਆ ਜਾਂਦਾ ਜੀ ਆਪਣੇ ਲਵੇ ਡੈਨਿਸ ਈਸਟ ਇੰਡੀਆ ਕੰਪਨੀ ਨੇ ਆਪਣੀ ਪਹਿਲੀ ਫੈਕਟਰੀ ਟਰਾਂਸਕੇਬਰ ਤਾਮਿਲਨਾਡੂ ਦੇ ਵਿੱਚ ਕਦੋਂ ਸਥਾਪਿਤ ਕੀਤੀ ਸੀ ਤਾਂ ਕਦੋਂ ਸਥਾਪਿਤ ਕੀਤੀ ਸੀਗੀ ਜੀ ਡੈਨਿਸ ਈਸਟ ਇੰਡੀਆ ਕੰਪਨੀ ਨੇ ਟਰਾਂਸਕੇਬਰ ਸਮਨ ਨੰਬਰ ਦੇ ਵਿੱਚ ਤਾਂ ਇਹਨਾਂ ਨੇ ਕਰੀ ਸੀਗੀ ਜੀ 1620 ਦੇ ਵਿੱਚ অপਸ਼ਨ ਨੰਬਰ 2 ਪ੍ਰਸ਼ਨ ਨੰਬਰ 27 ਆ ਜਾਂਦਾ ਜੀ ਆਪਣੇ ਲਵੇ ਫਿਜੀਓਕ੍ਰੈਟਸ ਕੌਣ ਸਨ? ਮੁਕਤ ਵਪਾਰ ਕਰਨ ਦੇ ਹੱਕ ਵਿੱਚ ਫ੍ਰਾਂਸੀਸੀ ਵਪਾਰੀ, ਹਿੰਦ ਮਹਾਸਾਗਰ ਦੇ ਪੁਰਤਗਾਲੀ ਲੁਟੇਰੇ, ਬਸਤੀ ਦੀ ਰੱਖਿਆ ਕਰਨ ਵਾਲੇ ਡੱਚ ਸਿਪਾਹੀ ਜਾਂ ਅੰਗਰੇਜ਼ ਅਰਥਸ਼ਾਸਤਰੀ ਤਾਂ ਕੌਣ ਸਨ ਜੀ? ਵਿਡੀਓ ਕਰੈਡਸ ਤਾਂ ਉਸਨੂੰ ਜੀ অপਸ਼ਨ ਨੰਬਰ 1 ਮੁਕਤ ਵਪਾਰ ਕਰਨ ਦੇ ਹੱਕ ਵਿੱਚ ਫ੍ਰਾਂਸੀਸੀ ਵਪਾਰੀ ਪ੍ਰਸ਼ਨ ਨੰਬਰ 28 ਆ ਜਾਂਦਾ ਜੀ ਆਪਣੇ ਲਵੇ ਕਿਸ ਪੁਰਤਗਾਲੀ ਗਵਰਨਰ ਨੇ ਸਾਤ ਜਲ ਦੀ ਨੀਤੀ ਜਿਸ ਨੂੰ ਬਲੂ ਵਾਟਰ ਪਾਲਿਸੀ ਕਿਹਾ ਜਾਂਦਾ ਵਾ ਇਹ ਕਿਸ ਨੇ ਲਾਗੂ ਕੀਤੀ ਸੀ ਤਿੰਨ ਚਾਰਾਂ ਦੇ ਵਿੱਚੋਂ ਕਿਸ ਨੇ ਲਾਗੂ ਕੀਤੀ ਸੀ ਜੀ ਬਲੂ ਵਾਟਰ ਪਾਲਿਸੀ ਦਾ ਇਹ ਲਾਗੂ ਕੀਤੀ ਸੀ ਜੀ অপਸ਼ਨ ਨੰਬਰ 1 ਕਾਸਟਰੋ ਨੇ ਕਾਸਟਰੋ ਨੇ ব্লু ਬਟਰ ਪਾਲਸੀ ਨੂੰ ਲਾਗੂ ਕੀਤਾ ਸੀਗੇ ਅਗਲਾ ਪ੍ਰਸ਼ਨ ਆ ਜਾਂਦਾ ਜੀ ਆਪਣੇ ਲਈ ਭਾਰਤ ਵਿੱਚ ਪਹਿਲਾ ਪੁਰਤਗਾਲੀ ਗਵਰਨਰ ਕੌਣ ਸੀ ਤਾਂ ਕੌਣ ਸੀਗਾ ਜੀ ਪਹਿਲਾ ਪੁਰਤਗਾਲੀ ਗਵਰਨਰ ਤਾਂ ਇਹ ਸੀਗਾ ਜੀ অপਸ਼ਨ ਨੰਬਰ 3 আলমੀਡਾ আলমੀਡਾ ਸੀਗਾ ਜੀ ਪਹਿਲਾ ਪੁਰਤਗਾਲੀ ਗਵਰਨਰ ਪ੍ਰਸ਼ਨ ਨੰਬਰ 30 ਆ ਜਾਂਦਾ ਜੀ ਆਪਣੇ ਲਵੇ ਵਾਂਡੀਵਾਸਤ ਦੇ ਜੰਦ ਦੇ ਵਿੱਚ ਤਾਂ ਵਾਂਡੀਵਾਸਤ ਦੇ ਜੰਦ ਦੇ ਵਿੱਚ ਕੀ ਹੋਇਆ ਸੀਗਾ ਜੀ ਫਰੈਂਚ ਨੇ ਬ੍ਰਿਟਿਸ਼ ਨੂੰ ਹਰਾਇਆ ਸੀ ਬ੍ਰਿਟਿਸ਼ ਨੇ ਡੱਚਾਂ ਨੂੰ ਹਰਾਇਆ ਸੀ ਬ੍ਰਿਟਿਸ਼ ਨੇ ਫਰੈਂਚਾਂ ਨੂੰ ਹਰਾਇਆ ਸੀ ਜਾਂ ਡੱਚਾਂ ਨੇ ਬ੍ਰਿਟਿਸ਼ ਨੂੰ ਹਰਾਇਆ ਸੀ ਤਾਂ ਇਸ ਦੇ ਪ੍ਰਸ਼ਨ ਦਾ ਜਵਾਬ ਕੀ ਹੋਵੇਗਾ ਜੀ ਤਾਂ ਇਹ ਜਵਾਬ ਹੋਵੇਗਾ ਜੀ অপਸ਼ਨ ਨੰਬਰ 3 ਬ੍ਰਿਟਿਸ਼ ਨੇ ਫਰਾਂਚਾਂ ਨੂੰ ਹਰਾਇਆ ਸੀ ਪਾਂਡੀਵਾਸ਼ ਯੁੱਧ ਦੇ ਵਿੱਚ ਬ੍ਰਿਟਿਸ਼ ਸੈਨਾ ਨੇ ਫਰਾਂਚ ਸੈਨਾ ਨੂੰ ਹਰਾ ਦਿੱਤਾ ਸੀ ਇਹ ਪਾਂਡੀਵਾਸ਼ ਦਾ ਯੁੱਧ ਹੋਇਆ ਸੀਗਾ ਜੀ 1760 ਦੇ ਵਿੱਚ ਇਹ ਸੰਜੇ ਅੱਜ ਦੇ ਆਪਣੇ MCQ ਉਮੀਦਵਾਰਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸੇ ਤਰ੍ਹਾਂ ਦੀਆਂ ਹੋਰ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਵਾਈਫਾਈ ਐਗਜ਼ਾਮ ਸਟੱਡੀ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ